ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੀ ਇਹ ਰਿਪੋਰਟ ਤੇ ਟਾਈਮ ਪਾਸ ਕਰਨ ਲਈ ਔਰਤ ਨੇ ਕੀਤਾ ਅਜਿਹਾ ਕੰਮ ਕਿ ਹੋ ਗਈ ਬੱਲੇ ਬੱਲੇ ਸਾਰੀ ਦੁਨੀਆ ਚ ਹੋ ਗਿਆ ਚਰਚੇ ਸੋ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਅਮਰੀਕਾ ਦੇ ਮਸੌਰੀ ਸੂਬੇ ਦੇ ਰਹਿਣ ਵਾਲੀ ਇੱਕ ਔਰਤ ਉਸ ਵੇਲੇ ਮਾਲਾਮਾਲ ਹੋਗੀ ਜਦੋਂ ਉਸ ਦੀ 10 ਲੱਖ ਡਾਲਰ ਦੀ ਲਾਟਰੀ ਲੱਗੀ ਦਰਅਸਲ ਜਿਸ ਉਡਾਨ ਦੇ ਵਿੱਚ ਔਰਤ ਨੇ ਸਫ਼ਰ ਕਰਨਾ ਸੀ ਉਹ ਰੱਦ ਹੋ ਚੁੱਕੀ ਸੀ ਜਿਸ ਤੋਂ ਬਾਅਦ ਔਰਤ ਨੇ ਸੋਚਿਆ ਕਿ ਉਹ ਨਾ ਟਾਈਮ ਪਾਸ ਕਰਨ ਦੇ ਲਈ ਕੁਝ ਲਾਟਰੀ ਟਿਕਟ ਖਰੀਦ ਲਈ ਜਾਵੇ ਉਸ ਨੇ ਕੁਝ ਲਾਟਰੀ ਟਿਕਟ ਖਰੀਦੇ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਇਨਾਮ ਨਿਕਲਿਆ ਜੋ ਕਿ 10 ਲੱਖ ਰੁਪਏ ਡਾਲਰ ਦਾ ਸੀ 51 ਸਾਲਾਂ ਦੀ ਏਂਜਲਾ ਕੈਰਾਵੇਲਾ ਨੇ ਇੱਕ ਵਾਰ ਵਿੱਚ ਹੀ ਸਾਰੇ ਪੈਸੇ ਲੈਣ ਦਾ ਫੈਸਲਾ ਕੀਤਾ ਫਲੋਰੀਡਾ ਲਾਟਰੀ ਨੇ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਜਿਸ ਵਿੱਚ ਦੱਸਿਆ ਕਿ ਔਰਤ ਨੇ 10 ਲੱਖ ਡਾਲਰ ਦਾ ਵੱਡਾ ਇਨਾਮ ਜਿੱਤਿਆ ਹੈ ਕੈਰਾਵੇਲਾ ਦਾ ਕਹਿਣਾ ਹੈ ਕਿ ਉਸਨੇ ਇੰਜ ਹੀ ਬੈਠੇ ਹੋਏ ਲਾਟਰੀ ਖਰੀਦ ਲਈ ਤੇ 10 ਲੱਖ ਡਾਲਰ ਦਾ ਇਨਾਮ ਜਿੱਤ ਲਿਆ ਫਿਲਹਾਲ ਉਸ ਦੇ ਘਰ ਵਿੱਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਉਸ ਨੂੰ 790000 ਡਾਲਰ ਮਿਲਿਆ ਹੈ ਅਚਾਨਕ ਉਡਾਣ ਰੱਦ ਹੋਣ ਤੋਂ ਬਾਅਦ ਲਿਆ ਗਿਆ ਫੈਸਲਾ ਕੈਰੇਵਾਲ ਦੇ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਉਹ ਵੀ ਇਸ ਚਮਤਕਾਰ ਤੇ ਖੁਸ਼ੀ ਜ਼ਾਹਰ ਕਰ ਰਹੀ ਹੈ ਸੋ ਦੋਸਤੋ ਟੈਕਸ ਕੱਟ ਕੁੱਟ ਗਏ ਬੀਬੀ ਦੇ ਹੱਥ ਵਿੱਚ 790000 ਡਾਲਰ ਨੇ ਸੋ ਮਲਟੀਪਲਾਈ ਤੁਸੀਂ ਭਾਰਤੀ ਕਰੰਸੀ ਨਾਲ ਕਰ ਸਕਦੇ ਹੋ ਸੋ 51 ਸਾਲਾਂ ਦੀ ਏਂਜਲਾ ਕੈਰੇਵਾਲ ਦੇ ਨਾਲ ਇਹ ਵੱਡਾ ਜਿਹੜਾ ਕਿਸਮਤੋਂ ਦੀ ਬੈਠੇ ਬੈਠੇ ਜਾਗੀ ਸੋ ਤੁਹਾਡੇ ਨਾਲ ਵੀ ਕਿਸੇ ਦਿਨ ਇੰਜ ਹੋ ਸਕਦਾ ਹੈ ਧੰਨਵਾਦ